ਕਿਸਮਤ ਬਦ ਕਿਸਮਤੀ ਨਾਲੋਂ ਵਧੇਰੇ ਖਤਰਨਾਕ ਹੁੰਦੀ ਹੈ ਕਿਸਮਤ ਵਿੱਚ ਅਸੀਂ ਕੁਝ ਕਰਨਾ ਦੇਣਾ ਨਹੀਂ ਹੁੰਦਾ ਸਭ ਕੁਝ ਮਿਲਣਾ ਲੈਣਾ ਹੀ ਹੁੰਦਾ ਹੈ ਏਵੇਂ ਕਿਸਮਤ ਸਾਨੂੰ ਉਹ ਵੇਸਲਾ ਕਰ ਦਿੰਦੀ ਹੈ ਚੰਗੇ ਅਮੀਰ ਪਰਿਵਾਰ ਚ ਜਨਮ ਲੈਣਾ ਕਿਸਮਤ ਹੈ ਅਸੀਂ ਸਮਝਦੇ ਹਾਂ ਸਭ ਕੁਝ ਆਪੇ ਹੀ ਹੋਏਗਾ ਜਾਂ ਸਾਡੇ ਲਈ ਦੂਜੇ ਕਰਨਗੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸਮਤ ਅਚਾਨਕ ਮੋੜ ਘੱਟਦੀ ਹੈ ਤੇ ਸਾਡੇ ਤਿਆਰ ਨਾ ਹੋਣ ਕਾਰਨ ਇਹ ਬਦਕਿਸਮਤੀ ਬਣ ਜਾਂਦੀ ਹੈ। ਮਿਹਨਤ ਦੀ ਆਦਤ ਨਾ ਹੋਣ ਕਾਰਨ ਅਸੀਂ ਅਵੇਸਲੇ, ਸੁਸਤ ਤੇ ਆਲਸੀ ਹੋਣ ਕਰਕੇ ਆਪਣੀ ਕਿਸਮਤ ਨੂੰ ਅਕਸਰ ਬਦਕਿਸਮਤੀ ਬਣਾ ਲੈਂਦੇ ਆ। ਧੰਨਵਾਦ।